ਦੀ ਚਰਚਾ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ। ਇਸ ਗੱਲ ਦਾ ਵੀ ਜ਼ਿਕਰ ਪਹਿਲਾਂ ਅਸੀਂ ਵੀ ਕੀਤਾ, ਕੁਝ ਐਮਐਲਏ ਸਾਹਿਬਾਨ ਨੇ ਵੀ ਕੀਤਾ ਕਿ ਸ਼ਰਾਬ ਦੇ ਧੰਦੇ ਦੇ ਨਾਲ ਕਾਂਗਰਸ ਪਾਰਟੀ ਦੇ ਕੋਈ ਸੀਨੀਅਰ ਲੀਡਰ ਇਨਵਾਲਵਡ ਆ, ਜਿਹਦੇ ਕਰਕੇ ਕਰਫਿਊ ਦੇ ਦੌਰਾਨ ਵੀ ਹਜ਼ਾਰਾਂ ਕਰੋੜ ਦੀ ਸ਼ਰਾਬ ਜਿਹੜੀ ਆ ਉਹ ਬਲੈਕ ਦੇ ਵਿੱਚ ਵਿਕੀ ਆ, ਔਰ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਸਰਕਾਰੀ ਖਜ਼ਾਨੇ ਨੂੰ ਹੋਇਆ, ਜਿਹੜਾ ਪੈਸਾ ਉੱਥੇ ਜਮ੍ਹਾਂ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਇਹ ਕੁਐਸਚਨ ਅਸੀਂ ਵੀ ਰੇਜ਼ ਕੀਤੇ, ਮੀਡੀਆ ਨੇ ਵੀ ਇਹ ਸਾਰਾ ਇਸ਼ੂ ਕਈ ਦਿਨਾਂ ਤੋਂ ਫਲੈਸ਼ ਕੀਤਾ, ਪਰ ਕੱਲ੍ਹ ਜਿਹੜਾ ਸਰਕਾਰ ਦਾ ਘਰੇਲੂ ਯੁੱਧ ਚੱਲ ਰਿਹਾ ਜਿਹਦੇ ਕਰਕੇ ਕੌਂਸਟੀਟਿਊਸ਼ਨਲ ਕ੍ਰਾਈਸਿਸ ਪੰਜਾਬ ਦੇ ਵਿੱਚ ਖੜ੍ਹੀ ਹੋਈ ਹੈ ਕਿ ਕੈਬਨਿਟ ਦੇ ਵਜ਼ੀਰਾਂ ਨੇ ਮੁੱਖ ਸਕੱਤਰ ਸਾਹਿਬ ਦਾ ਬਾਈਕਾਟ ਕੀਤਾ ਹੋਇਆ, ਮੁੱਖ ਮੰਤਰੀ ਸਾਹਿਬ ਦੇ ਵਿੱਚ ਅਤੇ ਕੈਬਨਿਟ ਦੇ ਵਿੱਚ ਰਾਬਤਾ ਟੁੱਟਿਆ ਹੋਇਆ। ਕੱਲ੍ਹ ਉਹਨੂੰ ਲੈ ਕੇ ਜਿਹੜੀਆਂ ਕੁਝ ਕੋਸ਼ਿਸ਼ਾਂ ਹੋਈਆਂ ਸੀ, ਮੁੱਖ ਮੰਤਰੀ ਸਾਹਿਬ ਨੇ ਸ਼ਾਹੀ ਖਾਣਾ ਜਿਹੜਾ ਉਹ ਚਾਰ ਪੰਜ ਵਿਧਾਇਕਾਂ ਨੂੰ, ਜਿਹਦੇ 'ਚ ਇੱਕ ਮੰਤਰੀ ਸਾਹਿਬ ਵੀ ਸਨ, ਪ੍ਰਧਾਨ ਸਾਹਿਬ ਵੀ ਸਨ ਕਾਂਗਰਸ ਦੇ, ਉਹਨਾਂ ਨੂੰ ਉਹ ਖਾਣਾ ਖਵਾਇਆ। ਉੱਥੇ ਜਿਹੜੇ ਗੱਲਾਂ ਹੋਈਆਂ ਸਾਰੀਆਂ ਤਾਂ ਸਾਡੇ ਕੋਲ ਨਹੀਂ ਪਹੁੰਚੀਆਂ, ਪਰ ਕੁਛ ਕੁ ਅਹਿਮ ਗੱਲਾਂ ਜਿਹੜੀਆਂ ਉਹ ਅੱਜ ਪ੍ਰਮੁੱਖਤਾ ਦੇ ਨਾਲ ਵੱਖ ਵੱਖ ਅਖਬਾਰਾਂ ਦੇ ਵਿੱਚ, ਬੜੀਆਂ ਜ਼ਿੰਮੇਵਾਰ ਅਖਬਾਰਾਂ ਦੇ ਵਿੱਚ ਛਪੀਆਂ। ਮੁੱਖ ਮੰਤਰੀ ਸਾਹਿਬ ਦਾ ਇਹ ਕਹਿਣਾ ਕਿ ਸ਼ਰਾਬ ਦੇ ਜਿਹੜੇ ਠੇਕਿਆਂ ਦੇ ਵਿੱਚ ਜਿਹਦੇ ਕਰਕੇ ਨੁਕਸਾਨ ਖਜ਼ਾਨੇ ਨੂੰ ਹੋ ਰਿਹਾ, ਇਹਦੇ ਵਾਸਤੇ ਕਾਂਗਰਸ ਦੇ ਕੁਛ ਐਮਐਲਏ ਸਾਹਿਬਾਨ ਅਤੇ ਸੀਨੀਅਰ ਲੀਡਰ ਜ਼ਿੰਮੇਵਾਰ ਹੈ, ਮੈਂ ਸਮਝਦਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਘਟਨਾ। ਭਾਵੇਂ ਇਹ ਮਜਬੂਰੀ ਵੱਸ ਉਹਨਾਂ ਨੂੰ ਇਹ ਤੱਥ ਸਾਹਮਣੇ ਕਰਨੇ ਪਏ, ਕਿਉਂਕਿ ਉਹ ਕੰਟਰੋਲ ਕਰਨਾ ਚਾਹੁੰਦੇ ਸੀ ਆਪਣੇ, ਦੂਜੇ ਜਿਹੜੇ ਪਾਸੇ ਖੜ੍ਹੇ ਸਾਰੇ ਵਿਧਾਇਕਾਂ ਨੂੰ, ਮੰਤਰੀ ਸਾਹਿਬਾਨ ਨੂੰ, ਜਿਹੜੇ ਸ਼ਬਦ ਉਹਨਾਂ ਨੇ ਕਹੇ ਉਹ ਪੰਜਾਬ ਦੇ ਵਾਸਤੇ, ਮੈਂ ਸਮਝਦਾ ਕਿ ਸਾਡੇ ਸੰਵਿਧਾਨ ਦੇ ਵਾਸਤੇ, ਸੰਵਿਧਾਨਕ ਜ਼ਿੰਮੇਵਾਰੀਆਂ ਦੇ ਵਾਸਤੇ ਉਹ ਬੜੇ ਖਤਰਨਾਕ। ਮੈਂ ਉਹਨਾਂ ਦੇ ਸ਼ਬਦ ਹੀ ਜਿਹੜੇ ਅਖਬਾਰ ਨੇ ਕੋਟ ਕੀਤੇ ਆ, ਔਨ ਸ਼ਾਰਟਫਾਲ ਇਨ ਐਕਸਾਈਜ਼ ਕੁਲੈਕਸ਼ਨ ਟਾਰਗੇਟ ਦ ਸੀਐਮ ਇਜ਼ ਲਰਨ ਟੂ ਹੈਵ ਟੋਲਡ ਦੈਮ ਦੈਟ ਹੀ ਵਾਜ ਅਵੇਅਰ ਆਫ ਦੀ ਸਮਗਲਿੰਗ ਐਂਡ ਦੀ ਪਾਰਟੀਸਪੇਸ਼ਨ ਆਫ ਸੈਵਰਲ ਪਾਰਟੀ ਲੀਡਰਸ ਇਨ ਦਾ ਹੋਲ ਪ੍ਰੋਸੈਸ। ਇਹ ਕੋਈ ਅਸੀਂ ਨਹੀਂ ਕਹਿ ਰਹੇ, ਕੱਲ੍ਹ ਜਿਹੜੀ ਉੱਥੇ ਸ਼ਾਹੀ ਖਾਣੇ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਸੀ ਉਹਦੇ 'ਚ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਹ ਹੈ, ਐਂਡ ਸੈਡ ਹੀ ਵੁੱਡ ਟੇਕ ਐਕਸ਼ਨ ਵਨ ਆਫ ਦੀ ਲੀਡਰਸ ਟੋਲਡ ਦੀ ਇੰਡੀਅਨ ਐਕਸਪ੍ਰੈਸ। ਇਹ ਜਿਹੜੇ ਪੰਜ ਸ਼ਾਹੀ ਮਹਿਮਾਨ ਕੱਲ੍ਹ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਲੀਡਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇਹ ਕਿਹਾ ਕਿ ਜਿਹੜਾ ਘਾਟਾ ਹੈਗਾ ਐਕਸਾਈਜ਼ ਦੇ ਵਿੱਚ ਇਹ ਤਾਂ ਹੋ ਰਿਹਾ ਕਿਉਂਕਿ ਕੁਛ ਕਾਂਗਰਸ ਦੇ ਸਾਡੇ ਲੀਡਰ ਜਿਹੜੇ ਆ ਉਹ ਇਹਦੇ ਵਿੱਚ ਇਨਵਾਲਵਡ ਆ, ਔਰ ਇਸ ਗੱਲ ਦੀ ਪੁਸ਼ਟੀ ਵੀ ਆਪ ਹੀ ਮੰਤਰੀ ਸਾਹਿਬ ਨੇ ਕਰ ਦਿੱਤੀ ਅਗਲੇ ਪਹਿਰੇ ਦੇ ਵਿੱਚ, ਅਬਾਊਟ ਦੀ ਇਨਵਾਲਵਮੈਂਟ ਆਫ ਸਮ ਪਾਰਟੀ ਲੀਡਰਸ ਇਨ ਸਮਗਲਿੰਗ। ਰੰਧਾਵਾ ਸੈਡ, ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਸਾਡੇ ਵੀਰ ਜਿਹੜੇ ਕੈਬਨਿਟ ਮੰਤਰੀ ਆ, ਇਹ ਉਹਨਾਂ ਨੇ ਔਨ ਰਿਕਾਰਡ ਫਿਰ ਆਪ ਹੀ ਕਹਿਤਾ, ਵੀ ਟੋਲਡ ਦਾ ਸੀਐਮ ਦੈਟ ਹੀ ਸ਼ੁੱਡ ਟੇਕ ਐਕਸ਼ਨ, ਹੀ ਸ਼ੁੱਡ ਨਾਟ ਸਪੇਅਰ ਐਨੀਵਨ ਵੈਦਰ ਦਾ ਪਰਸਨ ਬੀ ਐਨ ਆਫਿਸਰ ਔਰ ਏ ਪੋਲੀਟੀਸ਼ੀਅਨ, ਹੂਸੋਐਵਰ ਰਿਸਪੋਂਸੀਬਲ ਸ਼ੁੱਡ ਬੀ ਪਨਿਸ਼ਡ। ਰੰਧਾਵਾ ਸਾਹਿਬ ਨੇ ਕਿਹਾ ਕਿ ਮੈਂ ਉੱਥੇ ਫਿਰ ਖੁੱਲ੍ਹ ਕੇ ਕਿਹਾ, ਇਹਦਾ ਇੱਕ ਮਤਲਬ ਤਾਂ ਸਿੱਧਾ ਹੋ ਗਿਆ ਕਿ ਗੱਲ ਹੋਈ ਹੈ, ਕਿਉਂਕਿ ਦੂਜੀ ਗੱਲ ਤਾਂ ਰੈਫਰੈਂਸ ਦੇ ਨਾਲ ਹੈ, ਇਨਡਾਇਰੈਕਟ ਵੇ ਦੇ ਨਾਲ ਹੈ। ਪਰ ਰੰਧਾਵਾ ਸਾਹਿਬ ਨੇ ਸਾਰਾ ਪੋਲ ਖੋਲ੍ਹ ਵੀ ਦਿੱਤਾ ਆਪਣੇ 'ਤੇ ਜ਼ਿੰਮੇਵਾਰੀ ਲੈ ਕੇ, ਕਿਉਂਕਿ ਸਿਆਣੇ ਹੈ, ਉਹਨਾਂ ਨੇ ਕਿਹਾ ਕਿ ਗੱਲ ਸਾਰੀ ਜਾਣੀ ਚਾਹੀਦੀ ਹੈ,
इस करके उन्होंने कहा कि मैं मुख्यमंत्री साहब नूं कहा कि जिहड़े वी इह काम धंधा करदे आ उन्हां दे उत्ते एक्शन लैणा जिहड़ा इह जरूर लवो, तुसीं भावें पॉलिटिशियन आ भावें कोई अफसर आ। हुण मैं इसे गल दे दुआले ही बाकी गल करनी है कि देखो स्थिति बहुत सीरियस है। पहली तो गल है कि सीएम साहब ने यह मनिया कि उन्होंने नॉलेज दे विच है कि पंजाब दे विच कुछ MLA कुछ कांग्रेस के लीडर नजायज कारोबार शराब का करते हैं। एक तो इहदा यह मायना है कि उन्होंने नॉलेज दे विच है। मुख्यमंत्री साहब सूबे के मुखी ने, संविधानिक तौर के उत्ते बड़ी वड्डी उन्होंने जिम्मेवारी आ, संविधान की सहु चुका के गवर्नर साहब ने उन्होंने मुख्यमंत्री बनाया सी। ते की ये गल वाजिब हुंदी है कि जे तुहाडी नॉलेज दे विच है कि खजाना लुटिया गया और यह भी तुहानू पता है कि कौन कौन लुट कर रहे हैं ते तुसी अपनी संविधानिक जिम्मेवारी निभाउण दे विच फेल क्यों होए, इस गल का जवाब असी मुख्यमंत्री साहब तो जरूर चाहते हाँ क्योंकि गल तुहाडी नॉलेज दे विच सी। तुसी कह रहे हो अपनी पार्टी दे नू भावें जानकारी दे रहे हो भावें धमकी दे रहे हो, ये तुहाडा अपना विषय, असी उस गल दे विच नहीं लैना पाउंदे। पर सूबे दे मुख्यमंत्री साहब एक जिम्मेवार पोजीशन दे विच हुंदिया होया ये मनण कि यह गल मेरी नॉलेज दे विच है और 5600 करोड़ का सूबे नू घाटा पै जावे तो फिर की मुख्यमंत्री साहब का संविधानक अहुदे दे उत्ते बने रहना ठीक है कि नहीं ठीक है, ये मैं गवर्नर साहब पर छड़दा कि सुबो मोटो एक्शन लैणगे कि जे शरेआम अखबारों के छप रहा कि इस सारी लुट की जानकारी मुख्यमंत्री साहब नूं सी ते फिर उन्होंने अपनी संविधानिक जिम्मेवारी के नाल कंप्रोमाइज जिहड़ा वह क्यों किया। एक तो इस गल दी और दूजी जिहड़ी हुण मुख्यमंत्री साहब नूं मैं बेनती कर लग्या, यह साडी बेनती है भी ये ना अज ही जिहड़े आ ये पब्लिक किए जा, जिहड़े भी बंदे क्योंकि तुहाडी नॉलेज दे विच आ ते लोकां नूं भी इह जानण दा हक है सिस्टम दे विच इन्नी ट्रांसपेरेंसी जरूरी होनी चाहिए क्योंकि 5600 करोड़ का नुकसान हो गया। घट्टो घट सानू लोकां नूं इह पता जरूर होवे कि यह पैसा किन्ने किन्ने लुटिया, इस करके पब्लिक नूं अवेयर होण करन वास्ते जानकारी देण वास्ते मैं समझदा कि मुख्यमंत्री साहब खुद आप इस राज नूं हुण अपने तक जां अपने मेहमानां तक सीमित ना रखन, उन्हां नूं चाहीदा है कि यह सारियां चीज़ां जनतक करन तां जो सारे पंजाब दे लोकां नूं पता लग सके कि यह किवें किवें लुट होई है, किहदा किन्ना किन्ना हिस्सा पिया और की नुकसान पंजाब की जनता नूं होया। यह मैं हाथ जोड़ के मुख्यमंत्री साहब नूं पूरी इज्जत दे नाल बेनती करदा कि उन्हां दी ड्यूटी बनती है, ये चीज़ां पब्लिक होनियां चाहीदियां ने। मैनूं आस है कि वह अज शाम तक या कल तक जरूर इहदा जवाब जिहड़ा वह जरूर दे। दूजी गल है कि शराब दीआं नजायज फैक्टरियां फड़ियां जा रहीआं, खाने दे कोल फड़ी गई, उस तो बाद पटियाले दे विच जिहड़ी है राजपुरे दे कोल फैक्टरी फड़ी गई, उस तो पहलां लुधियाने दे विच भी एक जिहड़ी है लेबलिंग करन दा सारा समान यह सारा कुछ फड़िया गया। मैं ये भी मुख्यमंत्री साहब नूं बेनती करदा कि उन्हां कोल एक्साइज डिपार्टमेंट आ, ये गल जनतक करन के ये हुण तक जो कुछ जारी हो रहा कि किन्नू सप्लाई करता सी, किन्ने 4 बोतलां खरीदियां, किन्ने पेटी खरीदी, किन्ने 2 खरीदी, उहदे नाल जनता दा कोई बहुता मकसद हल नहीं हुंदा क्योंकि जिहड़ा पीण वाला पैसे खर्च के दे रहा सस्ती दे रहा खरीद रहा। असली गल यह है कि इहनां दी पुश्त पनाई कौन कर रहा सी, क्योंकि शराब जिहड़ी बनदी आ ये ENA तो बनती है जिन्हों एक्सट्रा न्यूट्रल अलकोहल कहिंदे आ, स्पिरिट आपां कहिंदे आ। सानू कृपा करके ये दसो कि इन्हां नूं कैड़ी डिस्टिलरी तो ENA सप्लाई हुंदी सी,
क्योंकि रोज दे हजार हजार पेटी विकदी सी। टैंकरां दे टैंकर जिहड़े आ कुदरती गल है कि ईएनए दे किसी डिस्टिलरी चो चोरी हो के ते उत्थे जांदे रहे, क्योंकि ये इलीगल सी, ये बिल ते तां लैंदे नहीं सी, इन्हां कोल लाइसेंस नहीं सी। पर ईएनए जिहड़ी है वह सिर्फ ते सिर्फ डिस्टिलरी सप्लाई कर सकदी है। हुण कि डिस्टिलरी सी, किहड़े लीडर की डिस्टिलरी आ? देखो थले डांगा मारन का कोई फायदा नहीं, ये वड्डे चोर ना फड़े गए तो फिर उन्नी देर तक साडा मकसद हल नहीं हुंदा। ईएनए तो बिना शराब नहीं बन सकती, उहदे ड्रमां दे ड्रम जिहड़े आ ओह जिहड़े टैंकर जांदे आ वड्डे, उहदे ते जिहड़ी आ सप्लाई हुंदी आ जदों इन्नियां पेटियां पन्नियां होण। ते हाले तक पुलिस उस डिस्टिलरी दे मालक नूं क्यों नहीं फड़ सकी? जदों इन्हां कोले फैक्ट्रियां दे मालक, नजायज फैक्ट्रियां दे मालक काबू आ चुके आ, निक्की जी चोरी होवे पुलिस अद्धे घंटे च बंदे तो सारे सच कबूल करवा लैंदी आ। ते हाले तक ये सच क्यों नहीं सामने आया कि कहड़ी डिस्टिलरी तो ईएनए सप्लाई हुंदा सी? क्योंकि साल तो हो रहा, कोई छोटी जी गल तो नहीं। उहदे नाल किन्ने टैक्सां दी चोरी जुड़ी है वह फिर वक्खरा, वो एक नवा खाता खुलेगा। क्योंकि ये मैं थोड़ी जानकारी वास्ते सांझी कर दिया कि डिस्टिलरियां पंजाब च लगिया हुई, मैनू भी नहीं सी पता, मैं समझने की कोशिश की है किसी दे कोलों अज डिस्टिलरी शराब की जड़ी है वो पंजाब च लगी हुई है, बॉटलिंग प्लांट चंडीगढ़ च लगे हुए। और मैं सुन के हैरान रह गया कि साढ़े पंजाब दे विच भी 12 बॉटलिंग प्लांट है, तो चंडीगढ़ छोटा जा शहर है, इतने 8 बॉटलिंग प्लांट लगे हुए, 8। इन्नी शराब कितने जाती है चंडीगढ़ की? और डिस्टिलरी पंजाब है, वह बॉटलिंग प्लांट चंडीगढ़ के आ, छोटा जा इंडस्ट्रियल एरिया, मैंने कहीं ने दसिया कि उत्थे 8 जड़े है वो लगे हुए। मैं तुहानू बेनती करूँ चक्कर मारियो, कहिंदे किसी एक तो भी सीसीटीवी कैमरा भी नहीं लग्या, मैं वेरीफाई नहीं किया, ये हुण तुहाडा काम है कि तुसी वेरीफाई करो, क्योंकि इन्हां थावां दे उत्ते जिथे चोरी हुंदी है, जिथे एक्साइज का एडा वड्डा लैन देन हुंदा, घरां दे उत्ते चंडीगढ़ पुलिस कहिंदी है कि सीसीटीवी कैमरा होना चाहिए, जे ना होवे ते आके सलाह मिल जांदा भी तुसी सीसीटीवी कैमरा लाओ, भावें कैमरे जिन्ना अंदर बेचारे को समान भी ना होवे। ते इत्थे जिहड़े 8 लगे आ हरियाणे दे विच वक्रे 12-14 उन्होंने अपने लगे हुए आ, क्योंकि एक्साइज का दोनों सूबों का बहुत वड्डा फर्क है, 1.5 गुणा का फर्क है चंडीगढ़ का ते पंजाब का। इस करके किते डिस्टिलरी तो ईएनए हरियाणे च चला जाता क्योंकि उत्थे बॉटलिंग प्लांट है, किसी का चंडीगढ़ आ जाता क्योंकि इत्थे बॉटलिंग प्लांट है, तो इत्थों ही सारी अगे जाके गड़बड़ हुंदी है, इत्थों ही फिर राजपुरे पहुँच जाता, उत्थों ही खन्ने पहुँच जाता जिहड़ियां दूजियां फैक्ट्रियां ने। इस करके 2-3 स्टेटां नाल मसला जुड़ गया, कल्ला एक स्टेट तक सीमित नहीं रह गया। तां ही असीं कहिंदे सी कि हाई कोर्ट दा सिटिंग जज इनकुआरी करे, क्योंकि चंडीगढ़ एडमिनिस्ट्रेशन जिहड़ी है वह पंजाब दा एक्साइज उहनूं आंसरेबल नहीं है, हरियाणे दी एक्साइज वाले वह भी इन्हां नूं आंसरेबल नहीं है। जदों ट्रक उत्थों चल पैंदा अपनी डिस्टिलरी तो उदू बाद कंट्रोल नहीं रह जांदा। ये जिहड़े लूप होल्स ने ये तिना दोनों स्टेटा यूटी नूं भी कट्ठे होकर प्लग करन दी लोड़ आ, और इहदी इनकुआरी जिहड़ी है कोई एक स्टेट नहीं कर सकती, ये हाई कोर्ट दे सिटिंग जज इनकुआरी करनगे, उहदा ज्यूरिसडिक्शन है हरियाणा भी, पंजाब और हरियाणा हाई कोर्ट का ज्यूरिसडिक्शन है, चंडीगढ़ भी और पंजाब भी। और ये वड्डा जिहड़ा ये नैक्सस है कि की जिन्नी 8 बॉटलिंग प्लांट चंडीगढ़ के शराब बनाते हैं कि इन्नी कंजम्पशन इतने लोकल हैगी है, जे नहीं तो बाकी कितने जाती है? क्योंकि कला कला तुसी ट्रक फड़ के जां पेटियां फड़ के जां रेड़े फड़ के काम नहीं कर सकते, सिस्टम भी वर्क करना चाहिए कि इन्ने इतने बॉटलिंग प्लांट लगे है उहदी प्रोडक्शन किन्नी है, कितने जाती है? एक्चुअली तो इन्हां दी लोकल प्रोडक्शन है, जे दूजी थां ते जाती है तो की ऑर्डर किसी फर्म ने दिता? ये सारिया चीज़ा जड़िया ये अपना साडा पंजाब का रेवन्यू ठीक करने वास्ते
ਇਹ ਇੰਪੋਰਟੈਂਟ ਹੈ। ਮੈਂ ਇਸ ਕਰਕੇ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਸ ਐਂਗਲ ਤੋਂ ਵੀ ਤੁਹਾਨੂੰ ਸਾਰਿਆਂ ਨੂੰ ਨਜ਼ਰ ਮਾਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਕਿਉਂ ਹੈ ਕਿ ਡਿਸਟਿਲਰੀਆਂ ਕਿੱਥੇ ਹੈ, ਬੋਟਿੰਗ ਪਲਾਂਟ ਕਿਵੇਂ ਹੈ, ਕਿਉਂ ਹੈ ਵੱਖਰੇ ਵੱਖਰੇ ਥਾਵਾਂ 'ਤੇ। ਇਹਦੇ 'ਤੇ ਤੁਸੀਂ ਵੀ ਕਿਰਪਾ ਕਰਕੇ ਥੋੜ੍ਹੀ ਜਿਹੀ ਨਜ਼ਰਸਾਨੀ ਕਰੋ, ਹੋਰ ਵੀ ਕਈ ਗੰਭੀਰ ਤੱਥ ਜਿਹੜੇ ਸਾਹਮਣੇ ਆਉਣਗੇ। ਤੀਜਾ ਇਸ਼ੂ ਹੈ ਉਹ ਵੀ ਸ਼ਰਾਬ ਨਾਲ ਜੁੜਿਆ ਹੋਇਆ ਕਿ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਆਰਡਰ ਜਾਰੀ ਹੋ ਗਿਆ ਕਿ ਅਧਿਆਪਕ ਸਾਹਿਬਾਨ ਦੀਆਂ ਡਿਊਟੀਆਂ ਜਿਹੜੀਆਂ ਉਹ ਸ਼ਰਾਬ ਦੀਆਂ ਫੈਕਟਰੀਆਂ ਦੇ ਉੱਤੇ ਨਜ਼ਰਸਾਨੀ ਕਰਨ ਵਾਸਤੇ ਲੱਗ ਗਈਆਂ। ਤੁਸੀਂ ਦੇਖੋ ਪੰਜਾਬ ਨੂੰ ਕਿਹੜੇ ਪਾਸੇ ਤੋਰਿਆ ਜਾ ਰਿਹਾ। ਪਹਿਲਾਂ ਧਾਰਮਿਕ ਸਥਾਨਾਂ ਨੂੰ ਆਰਡਰ ਕਰ ਦਿੱਤੇ ਮੁਕਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਕਿ ਸਾਰੇ ਜਿੰਨੇ ਧਰਮ ਸਥਾਨਾਂ ਦੇ ਲਾਊਡ ਸਪੀਕਰ ਹੈ ਉੱਥੇ ਅਨਾਊਂਸ ਕਰੋ ਕਿ ਸ਼ਰਾਬ ਦੀ ਹੋਮ ਡਿਲੀਵਰੀ ਕੀਤੀ ਜਾਊਗੀ। ਉੱਥੋਂ ਵੀ ਇਹਨਾਂ ਦੀ ਸੋਚ ਦਾ ਪਤਾ ਲੱਗਿਆ। ਹੁਣ ਅਧਿਆਪਕ ਸਮਾਜ ਦਾ ਕਿੰਨਾ ਇੰਪੋਰਟੈਂਟ ਵਰਗ ਹੈ, ਕਿੰਨੀ ਇੱਜ਼ਤ ਸਨਮਾਨ ਆਪਾਂ ਅਧਿਆਪਕ ਨੂੰ ਦਿੰਦੇ ਹਾਂ, ਕਿੰਨੀ ਇੱਜ਼ਤ ਬੱਚੇ ਦੇ ਮਨ ਦੇ ਵਿੱਚ ਹੁੰਦੀ ਹੈ, ਔਰ ਲਿਖਤੀ ਡਿਊਟੀਆਂ ਜਿਹੜੀਆਂ ਉਹਨਾਂ ਦੀਆਂ। ਹੁਣ ਮੈਨੂੰ ਪਤਾ ਲੱਗਿਆ ਸੀ ਵੀ ਸ਼ਾਇਦ ਕੋਈ ਅਦਲਾ ਬਦਲੀ ਵੀ ਹੋਈ ਹੈ। ਇਹ ਲਿਖਤੀ ਆਰਡਰ ਜਿਹੜੇ ਹੈ ਕਿ ਫਲਾਣੇ ਹੈੱਡਮਾਸਟਰ ਸਾਹਿਬ ਫਲਾਣੇ ਸ਼ਰਾਬ ਦੀ ਫੈਕਟਰੀ 'ਚ ਜਾ ਕੇ ਬੈਠਣਗੇ, ਫਲਾਣੇ ਸਕੂਲ ਦੇ ਫਲਾਣੇ ਸਾਇੰਸ ਮਾਸਟਰ ਫਲਾਣੀ ਸ਼ਰਾਬ ਦੀ ਫੈਕਟਰੀ 'ਤੇ ਜਾ ਕੇ ਡਿਊਟੀ ਤਿਆਗ ਕਰਨਗੇ। ਦੱਸੋ ਵਿਚਾਰੇ ਬੱਚਿਆਂ ਨੂੰ ਕੀ ਦੱਸਿਆ ਕਰਨਗੇ। ਇਦੋਂ ਬਾਅਦ ਹੁਣ ਬਾਕੀ ਜਿਹੜਾ ਰਹਿ ਗਿਆ ਸਟਾਫ ਉਹ ਕਹਿਣਗੇ ਵੀ ਜਿਹੜੀ ਬਿਆਸ ਦਰਿਆ ਦੇ ਕੰਢੇ 'ਤੇ ਭੱਠੀ ਲੱਗਦੀ ਇੱਥੇ ਫਲਾਣੇ ਹੈੱਡਮਾਸਟਰ ਦੀ ਡਿਊਟੀ ਹੋਊਗੀ, ਜਿਹੜੀ ਫਲਾਣੇ ਥਾਂ ਲੱਗਦੀ ਹੈ। ਵੀ ਇਹ ਕੋਈ ਐਜੂਕੇਸ਼ਨ ਨਾਲ ਰਿਲੇਟਡ ਕੰਮ ਹੈ? ਦੱਸੋ ਤੁਸੀਂ ਕਿਉਂ ਇੱਕ ਅਧਿਆਪਨ ਦਾ ਐਡਾ ਜਿਹੜਾ ਨੋਬਲ ਇੱਕ ਕੀਤਾ ਉਸ ਜਿਹੜੀ ਹੈਗੀ ਆ ਉਹਨਾਂ ਲੋਕਾਂ ਨੂੰ ਤੁਸੀਂ ਬਦਨਾਮ ਕਰਨ ਦੀ ਕਿਉਂ ਕੋਸ਼ਿਸ਼ ਕਰ ਰਹੇ? ਇਸ ਕਰਕੇ ਮੈਂ ਇਹ ਵੀ ਬੇਨਤੀ ਕਰਦਾ ਕਿ ਇਹਦੀ ਥਾਰੋ ਇਨਕੁਆਇਰੀ ਹੋਵੇ। ਔਰ ਕੱਲਾ ਇਹ ਨਹੀਂ ਹੁੰਦਾ ਕਿ ਆਰਡਰ ਕੱਢ ਦਿੱਤਾ ਵਾਪਸ ਲੈ ਲਿਆ। ਵੈਸੇ ਤਾਂ ਤੁਸੀਂ ਛੱਡਿਆ ਐਕਸਾਈਜ਼ ਮਹਿਕਮੇ ਦੇ ਪੱਲੇ ਵੀ ਕੱਖ ਨਹੀਂ, ਮੁੱਖ ਮੰਤਰੀ ਸਾਹਿਬ ਕੋਲ ਮਹਿਕਮਾ ਨਾਲ ETO ਦੀ ਡਿਊਟੀ ਲੱਗੀ ਹੈ, ਉਹਦੇ ਨਾਲ ਫਿਰ ਮਾਸਟਰ ਦੀ ਲੱਗੀ ਹੈ, ਵੀ ਇਹਦਾ ਭਰੋਸਾ ਕੋਈ ਨਹੀਂ। ਇਹ ਸਾਰੇ ਮਹਿਕਮੇ ਵਾਸਤੇ ਵੀ ਵੈਸੇ ਬੜੀ ਜਲਾਲਤ ਵਾਲਾ ਕੰਮ ਹੈ ਵੀ ਮਹਿਕਮੇ 'ਤੇ ਵੀ ਹੁਣ ਕਿਸੇ ਨੂੰ ਭਰੋਸਾ ਨਹੀਂ ਰਹਿ ਗਿਆ, ਅਤੇ ਮਹਿਕਮਾ ਕਿਹਦੇ ਕੋਲ ਆ? ਮੁੱਖ ਮੰਤਰੀ ਸਾਹਿਬ ਕੋਲ। ਅਤੇ ਮੁੱਖ ਮੰਤਰੀ ਸਾਹਿਬ ਦੇ ਮਹਿਕਮੇ ਦੀ ਹੁਣ ਜਿਹੜੀ ਨਜ਼ਰਸਾਨੀ ਹੈ ਉਹ ਐਜੂਕੇਸ਼ਨ ਮਹਿਕਮਾ ਕਰਿਆ ਕਰੋ। ਇਹੀ ਮਤਲਬ ਨਿਕਲਿਆ ਨਾ ਕਿ ਹੁਣ ਉਹਨਾਂ ਦਾ ਸਾਰਾ ਮਹਿਕਮੇ ਦੇ ਉੱਤੇ ਤਾਂ ਬੇਭਰੋਸਗੀ ਹੋ ਗਈ ਕਿ ਉੱਥੇ ਸਾਰੇ ਇੱਕੋ ਜਿਹੇ ਆ, ਅਤੇ ਆਹ ਅਧਿਆਪਕ ਸਾਹਿਬਾਨਾਂ ਦੇ ਉੱਤੇ ਵੱਖਰਾ ਧੱਬਾ ਲਾਤਾ ਕਿ ਇਹਨਾਂ ਦੀਆਂ ਡਿਊਟੀਆਂ ਲਾਤੀਆਂ, ਇਹਨਾਂ ਨੂੰ ਲੋਕ ਕਿਆ ਕਰਨਗੇ ਕਿ ਸ਼ਰਾਬ ਦੇ ਠੇਕਿਆਂ 'ਤੇ ਉੱਥੇ ਮਾਸਟਰਾਂ ਦੀਆਂ ਡਿਊਟੀਆਂ, ਇਹ ਵਿਚਾਰੇ ਉੱਥੇ ਜਾ ਕੇ ਕਰਿਆ ਕਰਨਗੇ। ਇਸ ਲਈ ਜਿਸ ਵੀ ਅਫਸਰ ਨੇ ਇਹ ਕੰਮ ਕੀਤਾ, ਇੱਕ ਤਾਂ ਗੌਰਮੈਂਟ ਦੇਖਤੇ ਰੂਪ ਦੇ ਵਿੱਚ ਮਾਫ਼ੀ ਮੰਗੇ ਔਰ ਉਸ ਅਫਸਰ ਦੇ ਖਿਲਾਫ਼ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਨਹੀਂ, ਪਹਿਲੀ ਗੱਲ ਤਾਂ ਹੈ ਇਸ ਤਰ੍ਹਾਂ ਦੇ ਕੰਮ ਵਾਸਤੇ ਡਿਊਟੀ ਲਾਉਣੀ ਨਹੀਂ ਚਾਹੀਦੀ। ਇਹ ਆਰਡਰ ਹੈ ਕਿ ਤੁਸੀਂ ਨੋਨ ਟੀਚਿੰਗ ਜਾਬ ਵਾਸਤੇ ਇੱਕ ਦੋ ਚੀਜ਼ਾਂ ਨੂੰ ਸੈਂਸਸ ਅਤੇ ਇਲੈਕਸ਼ਨ, ਇਸ ਤੋਂ ਇਲਾਵਾ ਰਿਟਨ ਆਰਡਰ ਹੈ ਕਿ ਤੁਸੀਂ ਵੈਸੇ ਹੀ ਅਧਿਆਪਕ ਦੀ ਡਿਊਟੀ ਕਿਤੇ ਨਹੀਂ ਲੱਗ ਸਕਦੇ। ਉਹ ਦੋ ਡਿਊਟੀਆਂ ਨੈਸ਼ਨਲ ਡਿਊਟੀਜ਼ ਉਹਨਾਂ ਨੇ ਐਗਜ਼ੈਂਪਟ ਕੀਤੀਆਂ ਹੋਈਆਂ, ਬਾਕੀ ਕਿਤੇ ਵੀ ਨੋਨ ਟੀਚਿੰਗ ਵਾਸਤੇ ਡਿਊਟੀ ਨਹੀਂ ਲਾ ਸਕਦੇ। ਪਰ ਆਹ ਜਿਹੜਾ ਧੰਦਾ ਹੈ ਇਹਦੇ 'ਚ ਤਾਂ ਲਾਉਣੀ ਵੈਸੇ ਹੀ ਉਹਨਾਂ ਨੂੰ ਜਿਹੜੀ ਆ ਨਾਮ ਖਰਾਬ ਕਰਨ ਗੱਲ। ਨਹੀਂ, ਤੁਸੀਂ ਦੇਖੋ ਇਹ ਤਾਂ ਗੁਰਦੁਆਰੇ ਵਾਲਿਆਂ ਦੀ ਲਾਤੀ, ਇਹਨਾਂ ਤਾਂ ਗੁਰਦੁਆਰੇ ਵਾਲਿਆਂ ਦੀ ਲਾਤੀ। ਲਿਖਤੀ ਆਰਡਰ ਸੀ ਮਹਾਰਾਜ, DC ਦਾ ਲਿਖਤੀ ਆਰਡਰ ਸੀ, ਅਸੀਂ ਤਾਂ ਸਾਰੇ ਤੁਹਾਨੂੰ ਭੇਜਿਆ। ਨਹੀਂ, ਇਹ ਵੀ ਲਿਖਤੀ ਆਰਡਰ ਹੈ, ਆਹ ਟੀਚਰਾਂ ਵਾਲੇ ਆਰਡਰ, ਹੋਰ ਕਿਹੜਾ, ਆਹ ਲਿਖਤੀ ਆਰਡਰ। ਹਾਂ, ਲੈ ਲਿਆ ਪਤਾ, ਮੈਂ ਕਿਹਾ ਮੈਂ ਵਾਪਸ ਲਿਆ, ਪਰ ਵਾਪਸ ਲੈਣ ਦੀ ਗੱਲ ਨਹੀਂ ਬਣਦੀ ਯਾਰ। ਗੱਲ ਸੁਣੋ ਨਾ, ਡਿਸਟਿਲਰੀ ਦੇ ਉੱਤੇ ਟੀਚਰ ਦੀ ਡਿਊਟੀ ਲਾਉਣੀ ਜਾਇਜ਼ ਆ ਤੁਸੀਂ ਸਮਝਦੇ? ਫਿਰ ਉਹਦੀ ਕੀ ਹੈਗਾ ਜੀ, ਉਹਨੇ ਵਾਪਸੀ ਵੀ ਲੈ ਲਏ। ਦਫ਼ਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਹ ਪਹਿਲਾਂ ਸੀ ਸਲੋਗਨ, ਪਾਪਾ ਜੀ ਮੈਨੂੰ ਲੈ ਦਿਓ ਇੱਕ ਕਿਤਾਬ, ਹੁਣ ਫਿਰ ਟੀਚਰ ਨੂੰ ਕੀ ਕਹਿਣਗੇ ਕਿ ਲਿਆ ਦਿਓ ਇੱਕ ਸ਼ਰਾਬ ਦੀ ਬੋਤਲ? ਕੋਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੱਲ ਰਹੀਆਂ ਸ਼ਰਾਬ ਦੀਆਂ ਫੈਕਟਰੀਆਂ ਵਿੱਚ
अलकोहल की सप्लाई की निगरानी रखने ले ਇਹ ਸਾਰਾ ਕੁਝ ਕਰੋਨਾ ਨਾਲ ਹੀ ਜੁੜਿਆ ਇਹ ਸੈਨੇਟਾਈਜ਼ਰ ਬਣਾਉਂਦੇ ਬਣਾਉਂਦੇ 2000 ਦੀ ਸ਼ਰਾਬ ਜਿਹੜੀ ਹੈ ਬਲੈਕ ਕਰਤੀ ਉਹ ਵੀ ਕਰੋਨਾ ਦੇ ਨਾਂ ਤੇ ਹੋਇਆ ਅੱਛਾ ਜਿਹੜੇ ਵਾਪਸ ਹੋਏ ਆਰਡਰ ਉਹ ਵੀ ਹੋਵੇ ਉਹ ਵੀ ਪੜੇ ਹੋਵੇ ਨਹੀਂ ਉਹ ਤਾਂ ਹੁਣ ਕੈਂਸਲ ਹੀ ਹੋ ਗਏ ਹੋਣਗੇ ਕਿ ਆਰਡਰ ਵਾਪਸ ਹੋ ਗਏ ਉੱਚ ਕੇ ਉਹਦੇ ਚ ਤੁਸੀਂ ਫਿਰ ਸਵਾਲ ਲੈ ਕੇ ਪੜਨਾ ਸ਼ਰਾਬ ਦੀ ਫੈਕਟਰੀ ਇਹ ਦੇਖਤੀ ਆਰਡਰ ਅਧਿਆਪਕਾਂ ਦਾ ਨਾਂ ਕੱਲੇ ਕੱਲੇ ਦਾ ਕਿਹੜਾ ਕਿਹੜਾ ਸਕੂਲ ਹੈ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹੜੀ ਕਿਹੜੀ ਡਿਸਟ੍ਰਿਕਟਰੀ ਹੈ ਕਿਹੜਾ ਕਿਹੜਾ ਸਕੂਲ ਹੈ ਬੜਾ ਡੀਓ ਦੇ ਨਹੀਂ ਜੀ ਆਰਡਰਾਂ ਨੂੰ ਅੱਗੇ ਭੇਜਿਆ ਉਹਨੇ ਨੋਟ ਕਰਾਉਣ ਲਈ ਦਸਤੀ ਡੀਓ ਦੇ ਆਰਡਰ ਤਾਂ ਅੱਗੇ ਆ ਵੀ ਉਹਨੇ ਐਂਡੋਰਸ ਕਰਕੇ ਭੇਜਿਆ ਸਹਾਇਕ ਕਮਿਸ਼ਨਰ ਗੁਰਦਾਸਪੁਰ ਉਹਦੇ ਆਰਡਰ ਹੈ ਹਾਂ सारा काम मेरे ते ना छड्डी जाओ तुसी भी करो तुसी हुण टेलीफोन करियो ना तुसी देखो इहदा मतलब क्लीयर है कि गवर्नमेंट जिहड़ियां चीजां खोल रही है अपने स्टाफ नूं उस तरह की ट्रेनिंग आने वाले समय के तब्दीलियां होनी नहीं दी जा रही जे बस सफाई भी नहीं की गई तो यह मतलब है कि कोई बेसिक ट्रेनिंग इस पीरियड के दौरान स्टाफ नूं की प्रकाशनस लैनिया सैनिटाइजेशन दियां तो दूर की गल जी बेसिक सफाई है गड्डी दे इन्ने दिनां बाद तुसी जे वह भी नहीं होंगी तो तुसी बाकी कि किवें उन्हें सवारियों का ध्यान रखना वह तो तुसी रब रखे वाली गल ही है यही तो असं कहने कि सारा सिस्टम कोलैप्स हो गया कोई सिस्टम वाली गल नहीं रही बस रब रखा सारा कुछ ही टोटल जी है अदरवाइज ये पीरियड से जिद ड्राइवर कंडक्टर उन्होंने ट्रेनिंग देनी पड़ती सी कि किस तरह करना है तुम गड्डिया के एसी के प्रकाशन लैनिया दूजिया की लैनिया सैनिटाइजेशन दियाँ की लैनिया सवारियां चढ़ाने कुछ ना कुछ चीज़ा उन्होंने बेसिक चीज़ा समझाउणियां जरूरी होंगे पर यह शो करता है कि सारा कुछ रब आसरे छड्डिया ठीक है जी मेहरबानी जी चाह पी ली सर चाह पी ली जी सब ने